एक ओंकार सत्कार युग खालसा जी वाहेगुरु जी का खालसा वाहेगुरु जी की फतेह। सब तो पहला मैं समुचे खालसा पंथ की चढ़ती कला लई उस अकाल पुरख वाहेगुरु अगे अरदास करता हाँ। खालसा जी साडे वालों समुचे खालसा पंथ नूं खालसे दे साजना दिवस विसाखी दियां बहुत बहुत मुबारक होण। खालसा जी नौवें पातशाह श्री गुरु तेग बहादुर साहिब जी दी दिल्ली दी चांदनी चौंक विच शहादत तों बाद सिख धर्म अते सिख समाज ने समय दे जालम हुकमराना वालों दित्तियां जा रही चुनौतियां दा सामना करन लई दसवें पातशाह साहिब श्री गुरु गोबिंद सिंह जी महाराज ने 13 अप्रैल 1699 ईस्वी की विसाखी वाले दिन आनंदपुर साहिब की पवित्र धरती ते एक अलौकिक वर्तारा किया। देश के कोने कोने विच वसते सिखां नूं सुनेहा भेज के विसाखी वाले दिन आनंदपुर साहिब पहुंचने लई कहा गया। विसाखी वाले दिन आनंदपुर साहिब की धरती ते इकट्ठे हुए लखां सिखां नूं नंगी तलवार लैके संबोधन हुंदे होए दशमेश पिता श्री गुरु गोबिंद सिंह जी ने एक एक करके पंच सीस भेट करन दी मांग कीती। सीस भेट करन वाले पंच सिखां नूं गुरु साहिब एक एक करके तंबू अंदर लजांदे रहे। फिर उत्थे गुरु साहिब ने अपने हत्थां नाल पंच सिखां नूं पंच ककारां दे तारनी बना के उन्हां नूं खालसाई बाणा पवा के खुद अपने हत्थां नाल तैयार कीता ਅਤੇ ਫਿਰ ਅੰਮ੍ਰਿਤ ਦੀ ਅਦੁੱਤੀ ਦਾਤ ਆਪਣੇ ਹੱਥਾਂ ਨਾਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਅਦੁੱਤੀ ਦਾਤ ਬਖਸ਼ਿਸ਼ ਕੀਤੀ। ਫਿਰ ਗੁਰੂ ਸਾਹਿਬਾਂ ਨੇ ਇਹਨਾਂ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਦੇ ਕੇ ਖੁਦ ਸੇਵਕ ਬਣ ਕੇ ਇਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕੀਤੀ ਅਤੇ ਬਦਲੇ ਵਿੱਚ ਆਪਣਾ ਸੀਸ ਹੀ ਨਹੀਂ ਸਗੋਂ ਸਮੁੱਚੇ ਸਰਬੰਸ ਨੂੰ ਧਰਮ ਤੋਂ ਕੁਰਬਾਨ ਕਰਨ ਦਾ ਵਚਨ ਦਿੱਤਾ। ਖਾਲਸਾ ਜੀ ਇਹ ਜੋ ਅੰਮ੍ਰਿਤ ਦਾ ਸੰਕਲਪ ਹੈ ਇਹ ਆਪਣੇ ਗੁਰੂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣਾ ਸੀਸ ਭੇਟ ਕਰ ਦੇਣ ਦਾ ਸੰਕਲਪ ਹੈ। ਆਪਣਾ ਆਪ ਆਪਣੇ ਗੁਰੂ ਨੂੰ ਅਰਪਣ ਕਰ ਦੇਣ ਦਾ ਸੰਕਲਪ ਹੈ। ਖਾਲਸਾ ਜੀ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਹਰ ਸਿੱਖ ਆਪਣੇ ਗੁਰੂ ਨਾਲ ਇਹ ਵਚਨ ਕਰਦਾ ਹੈ ਕਿ ਅੱਜ ਤੋਂ ਬਾਅਦ ਮੇਰਾ ਇਹ ਜੀਵਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੱਚ ਨੂੰ ਸਮਰਪਿਤ ਰਹੇਗਾ। ਸੱਚ ਦੇ ਮਾਰਗ ਤੇ ਚੱਲਦੇ ਹੋਏ ਮੈਨੂੰ ਜੋ ਵੀ ਮਿਲੇਗਾ ਉਸ ਨੂੰ ਤੇਰਾ ਭਾਣਾ ਮਿੱਠਾ ਕਰਕੇ ਮੰਨਾਂਗਾ। ਖਾਲਸਾ ਜੀ ਜਦੋਂ ਤੱਕ ਪੰਜ ਪਿਆਰਿਆਂ ਨੂੰ ਗੁਰੂ ਜਾਣ ਕੇ ਉਹਨਾਂ ਅੱਗੇ ਆਪਣਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਾਂਦੀ ਰਹੇਗੀ ਉਦੋਂ ਤੱਕ ਖਾਲਸਾ ਧਰਮ ਦਾ ਸਿੱਖੀ ਸਿਧਾਂਤਾਂ ਦਾ ਅਤੇ ਆਪਣੇ ਆਲੇ ਦੁਆਲੇ ਦਾ ਰਖਵਾਲਾ ਬਣਿਆ ਰਹੇਗਾ। ਇਸ ਅਦੁੱਤੀ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਨ ਵਾਲੇ ਪੰਜ ਪਿਆਰੇ ਆਪਣੇ ਧਰਮ ਤੋਂ ਜੂਝਦੇ ਹੋਏ ਕੁਰਬਾਨ ਹੋ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਆਪਣੇ ਧਰਮ ਤੋਂ ਕੁਰਬਾਨ ਕਰ ਦਿੱਤਾ। ਬਾਬਾ ਦੀਪ ਸਿੰਘ ਹੋਣਾ ਨੇ ਸੀਸ ਤਲੀ ਤੇ ਰੱਖ ਕੇ ਜੂਝਦੇ ਹੋਏ ਸ਼ਹਾਦਤਾਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਫਿਰ ਦੁਸ਼ਮਣ ਦੇ ਜ਼ੁਲਮ ਦਾ ਸ਼ਿਕਾਰ ਹੋ ਕੇ ਹਰ ਜ਼ੁਲਮ ਸਹਿ ਲਿਆ ਪਰ ਦੁਸ਼ਮਣ ਦੀ ਈਨ ਨਹੀਂ ਮੰਨੀ ਸਗੋਂ ਹੱਸ ਹੱਸ ਕੇ ਸ਼ਹਾਦਤਾਂ ਦਿੱਤੀਆਂ। ਮੌਜੂਦਾ ਸਮੇਂ ਵਿੱਚ ਅੰਮ੍ਰਿਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਛਕਿਆ, ਅੰਮ੍ਰਿਤ ਭਾਈ ਅਮਰੀਕ ਸਿੰਘ ਹੋਣਾ ਨੇ ਵੀ ਛਕਿਆ ਸੀ। ਇਹ ਸਾਰੇ ਸੂਰਮੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਪਰ ਜ਼ਾਲਮ ਹੁਕਮਰਾਨਾਂ ਦੀ ਈਨ ਨਹੀਂ ਮੰਨੀ। ਆਪਣੇ ਗੁਰੂ ਅੱਗੇ ਸੀਸ ਭੇਟ ਕਰਕੇ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਬੰਦ ਬੰਦ ਕਟਵਾ ਲਏ, ਆਪਣੀਆਂ ਖੋਪੜੀਆਂ ਲਹਾ ਲਈਆਂ, ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾ ਲਏ ਪਰ ਜ਼ਾਲਮ ਹੁਕਮਰਾਨਾਂ ਅੱਗੇ ਸਿਰ ਨਹੀਂ ਝੁਕਾਇਆ, ਉਹਨਾਂ ਤੋਂ ਰਹਿਮ ਨਹੀਂ ਮੰਗਿਆ। ਖਾਲਸਾ ਜੀ ਅੰਮ੍ਰਿਤ ਦੀ ਦਾਤ ਅੱਜ ਦੇ ਇਹਨਾਂ ਅਖੌਤੀ ਬੁੱਧੀਜੀਵੀਆਂ ਨੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਕੇ ਆਪਣੇ ਸ਼ਹੀਦ ਹੋਏ ਵੀਰਾਂ ਨਾਲ ਧੋਖਾ ਕਰਕੇ ਨੇਤਾ ਬਣੇ ਇਹਨਾਂ ਮੌਕਾ ਪ੍ਰਸਤ ਲੋਕਾਂ ਨੇ ਵੀ ਪ੍ਰਾਪਤ ਕੀਤੀ ਹੋਈ ਹੈ। ਇਹਨਾਂ ਦੇ ਪੱਗਾਂ ਵੀ ਕੇਸਰੀ ਬੰਨੀਆਂ ਹੋਈਆਂ ਹਨ, ਇਹਨਾਂ ਦੇ ਬਾਣਾ ਵੀ ਕੇਸਰੀ ਪਾਇਆ ਹੋਇਆ ਹੈ, ਇਹਨਾਂ ਦੇ ਗਲਾਂ ਵਿੱਚ ਕੇਸਰੀ ਸਰੋਪੇ ਵੀ ਪਾਏ ਹੋਏ ਹਨ, ਲੱਕਾਂ ਤੇ ਕਮਰ ਕੱਸੇ ਵੀ ਬੰਨੇ ਹੋਏ ਹਨ, ਇਹਨਾਂ ਦੇ ਹੱਥਾਂ ਵਿੱਚ ਕੇਸਰੀ ਝੰਡੇ ਵੀ ਫੜੇ ਹੋਏ ਹਨ। ਖਾਲਸਾ ਜੀ ਇਹ ਲੋਕ ਸਾਰੇ ਖਾਲਸਾਈ ਚਿੰਨ੍ਹ ਪਹਿਨ ਕੇ ਕਿਸੇ ਜੰਗ ਨੂੰ ਨਹੀਂ ਚੱਲੇ ਸਗੋਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਤੋਂ ਰਹਿਮ ਮੰਗ ਕੇ ਸਿੱਖੀ ਸਿਧਾਂਤਾਂ ਦਾ, ਖਾਲਸਾਈ ਬਾਣੇ ਦਾ, ਕੌਮੀ ਸਵਿਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਮਜ਼ਾਕ ਉਡਾਉਣ ਚੱਲੇ ਹਨ। ਇਹਨਾਂ ਵੱਲੋਂ ਕੱਢੇ ਜਾਂਦੇ ਅਖੌਤੀ ਫਤਿਹ ਮਾਰਚ ਨੂੰ ਦੇਖ ਕੇ ਇਹ ਲੋਕ ਕਿਸੇ ਕਾਮੇਡੀ ਫਿਲਮ ਦੇ ਕਲਾਕਾਰ ਲੱਗਦੇ ਹਨ। ਖਾਲਸਾ ਜੀ
एक फतेह मार्च बाबा बंदा सिंह बहादुर ने भी कढ़िया सी। जो बाबा बंदा सिंह बहादुर ने छोटे साहिबजादियां नू को के शहीद करन वाले सूबा सरहंद वजीर खान नू खत्म करके सरहंद दी इट नाल इट खड़का के वजीर खान दी लाश घोड़े नाल बन के सरहंद दियां गलियां विच कमाई सी, तां सरहंद ते खालसे दी होई फतेह दा जो मार्च कढ़िया गया, इस दा पूरे खालसा पंथ ने केसरी झंडे लहरा के जकारे ला के स्वागत कीता सी। खालसा जी एक ए अखौटी खालसाई बाणे विच विचरदे लोक हन, जिन्हां ने अमृत तां जरूर छकिया है, पर इन्हां लोकां ने अपने सीस गुरु अगे भेट करन दी बजाए दिल्ली तख्त अगे भेट कीते होए हन। दिल्ली दे इन्हां करिंदियां ने खालसाई बाणा पंथ नूं गुमराह करन लई धारण कीता होया है, ता ही इन्हां लोकां नूं दिल्ली दे कातल अते सिख धर्म ते हमला करन वाले हुकमराना तों रहम मंगण विच ही अपनी फतेह महसूस हुंदी है। इन्हां लोकां नूं इह पुछया जाणा चाहीदा है कि तुसीं रहम मंगदे काफिले दा नाम फतेह मार्च तां रख लिया, पर इह तां दस दो कि फतेह किस दी है, किस गल दी है कि सिख धर्म ते हमला करन वाले अते हजारां ही निर्दोष सिखां दे कातल हिंदुस्तानी हुकमराना तों रहम मंगना खालसा पंथ दी फतेह है। खालसा जी कातला तो अते धर्म ते हमला करन वाले लोकां तों रहम मंगण विच खालसा पंथ दी फतेह नहीं हो सकदी। हाँ, दिल्ली तख्त दी फतेह कराउण दी नाकाम कोशिश जरूर है। असल विच इह लोक पिछले साल मार्च दे महीने विच समुचे खालसा पंथ वल्लों केसरी झंडे हत्थां विच फड़ के मंगी गई आजादी दीआं पवित्र भावनावां नूं दिल्ली दे पैरां विच रोलण दा नापाक यतन कर रहे हन। इह संघर्ष नूं धोखा दे के दिल्ली नाल वफा करन वाले लोक दिल्ली अगे इह साबित करना चाहुंदे हन कि असीं आजादी मंग दीआं भावनावां ते इक साल विच ही फतेह पा के उहनां नूं रहम मंगण लई मजबूर कर दित्ता है। इह लोक पिछले 28 सालां तों सिख संघर्ष दी पिठ विच छुरा मार के दिल्ली तख्त नूं जिताउण दीआं नाकाम कोशिशां कर रहे हन। इन्हां दे रहम मंग दे फतेह मार्चां दा इको इक मनोरथ दिल्ली दे कातल हुकमराना नूं खुश करके उहनां तों अपनियां निजी लालसावां दी पूर्ती करवा के सिख पंथ नाल धोखा करना है। खालसा जी दिल्ली अगे सीस भेट करन वाले खालसाई बाणे विच सजे इह लोक किसे कॉमेडी फिल्म दे कलाकार तां बन सकदे हन, पर सिख धर्म दे सिखी सिद्धांतां दे रखवाले नहीं बन सकदे। खालसा जी मैनूं किसे दे वी किसे तों रहम मंगण विच कोई इतराज नहीं है। इह रहम मंग दा काफिला किला हरनाम सिंह वाला तों लै के सोनिया गांधी दे महल तक लंबा क्यों ना हो जावे, पर मैनूं सिखी सरूप दे खालसाई बाणे दे कौमी स्वाभिमान दे प्रतीक केसरी झंडे दे अते सिखी सिद्धांतां दे उडाए जा रहे मजाक ते सख्त इतराज है। ਵੱਡੇ ਵੱਡੇ ਅਹੁਦਿਆਂ ਤੇ ਬੈਠੇ ਧਾਰਮਿਕ ਆਗੂਆਂ ਦਾ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਾ ਸੱਚਮੁੱਚ ਹੀ ਅਫਸੋਸਨਾਕ ਹੈ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਨੂੰ ਨਾਪੁੰਸਕ ਬਣਾਉਣ ਦੀ ਅਤੇ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾਈ ਰੱਖਣ ਦੀ ਕੋਝੀ ਸਾਜਿਸ਼ ਹੈ। ਖਾਲਸਾ ਪੰਥ ਨੂੰ ਅਜਿਹੇ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਖਾਲਸਾ ਜੀ ਇੱਕ ਸਮਾਂ ਸੀ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਾ ਖਾਲਸਾ ਆਪਣੇ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਆਪਣੇ ਆਲੇ ਦੁਆਲੇ ਦੇ ਰਖਵਾਲੇ ਵਜੋਂ ਜਾਣਿਆ ਜਾਂਦਾ ਸੀ। ਖਾਲਸਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਅਬਦਾਲੀ ਵਰਗੇ ਧਾੜਵੀਆਂ ਨਾਲ ਟਕਰਾਉਂਦਾ ਰਿਹਾ। ਉਹਨਾਂ ਵੱਲੋਂ ਅਗਵਾ ਕੀਤੀਆਂ ਦੂਸਰੇ ਧਰਮ ਦੀਆਂ ਧੀਆਂ ਭੈਣਾਂ ਨੂੰ ਇਹਨਾਂ ਜ਼ਾਲਮਾਂ ਤੋਂ ਛੁਡਵਾ ਕੇ ਉਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਣ ਹਿਫਾਜ਼ਤ ਨਾਲ ਉਹਨਾਂ ਨੂੰ ਉਹਨਾਂ ਦੇ ਘਰੋਂ ਕਰੀਬ ਪਹੁੰਚਾਉਂਦਾ ਰਿਹਾ। ਖਾਲਸੇ ਦੇ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਹੀ ਜਦੋਂ ਹਨੇਰੇ ਸਵੇਰੇ ਤੁਰਨ ਵਾਲੇ ਰਾਹੀਆਂ ਨੂੰ ਕੋਈ ਗੁਰੂ ਦਾ ਸਿੱਖ ਮਿਲ ਜਾਂਦਾ ਸੀ ਤਾਂ ਸਾਰੇ ਉਸ ਸਿੱਖ ਦੀ ਹਿਫਾਜ਼ਤ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ। ਖਾਲਸਾ ਜੀ ਹੌਲੀ ਹੌਲੀ ਆਪਣਾ ਸਫ਼ਰ ਤੈਅ ਕਰਦੇ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ। ਅੱਜ ਦੇ ਇਹਨਾਂ ਅਖੌਤੀ ਧਾਰਮਿਕ ਅਤੇ ਸੰਘਰਸ਼ੀ ਆਗੂਆਂ ਦੇ ਕਿਰਦਾਰ ਕਾਰਨ ਹੀ ਅੱਜ ਸਾਡੀ ਆਪਣੀ ਖਾਲਸਾਈ ਧਰਤੀ ਤੇ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ ਹਨ। ਅੱਜ ਸਾਨੂੰ ਆਪਣੀਆਂ ਹੀ ਬੱਚਿਆਂ ਦੇ ਸਕੂਲਾਂ ਕਾਲਜਾਂ ਅੱਗੇ ਉਹਨਾਂ ਦੀ ਹਿਫਾਜ਼ਤ ਲਈ ਪੁਲਿਸ ਸੁਰੱਖਿਆ ਦੀ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਹ ਗੱਲ ਖਾਲਸਾ ਪੰਥ ਦੇ ਸੋਚ ਵਿਚਾਰਨ ਦੀ ਹੈ
कि आखिर अज साडियां आपणियां ही धीआं भैणां नूं साडी आपणी ही धरती ते खतरा किस तों है। उहनां नूं परेशान करन वाले बच्चे कौन हन? इह बच्चे किसे दूसरे देश दे वासी नहीं हन, आसमान तों उतरे होए नहीं हन, इह साडे ही बच्चे हन। असीं ही इहनां नूं साहिबज़ादियां दीआं शहादतां दीआं कहाणियां नहीं सुणा सके। साडे आपणे जीवन ही झूठ, धोखे, फरेब, खुदगर्जी अते मौका प्रस्ती नाल भरे पए हन। अजिहे विच असीं आपणे बच्चियां तों सच्चे सुच्चे जीवन अते उच्चे किरदार दी आस किवें रख सकदे हन? अपने बच्चियां दे किरदार नूं उच्चा अते सुच्चा बनाउण लई पहलां सानूं अपने खुद दे किरदार नूं सच्चा सुच्चा अते उच्चा रखना पवेगा, सिक्खी सिधांतां दे हाण दा बनाउणा पवेगा। खालसा जी, आओ आपां सारे विसाखी दे पवित्र दिवस दे दशमेश पिता श्री गुरु गोबिंद सिंह जी वल्लों इस दिन वरताए अलौकिक वरतारे विच्चों उपजे विलक्षण संकल्प दे धारनी बन के पहलां अपने सीस अपने गुरु अगे भेट करिए अते अपने आप नूं उस महान खालसाई सोच दे बाणे दे हाण दा बनाइए। अपने धर्म दे सिक्खी सिधांतां दे अते अपने समाज दे रखवाले बनिए। अपने जीवन नूं सच्चियां सुच्चियां कदरां कीमतां नाल जी के उच्चे किरदार दे कहनी अते करनी दे धारनी बन के अपनी विलक्षण पहचान दा अहसास पूरी दुनिया नूं करवाइए। खालसे दे साजना दिवस दे संकल्प नूं हमेशा लई अपने दिलां विच वसा के इस नाल अपने जीवन नूं सवारिए अते अपने गुरु दीआं खुशियां प्राप्त करिए। इस पवित्र दिहाड़े ते अपने गुरु नाल इह वचन करिए कि असीं हमेशा ही खालसा पंथ दी अणख अते गैरत लई अपने कौमी फर्ज पूरे करन लई यतनशील रहांगे। साडे वल्लों समुच्चे खालसा पंथ नूं विसाखी दीआं बहुत बहुत मुबारकां। हमेशा ही खालसा पंथ नूं चढ़दी कला विच देखण दा चाहवान थोड़ा अपना बलवंत सिंह राजोआणा, कोठी नंबर 16, केंद्रीय जेल पटियाला, पंजाब, मिति 12 अप्रैल 2013।